ਚਾਰ ਦੋ ਹੈ, ਇੱਕ ਜਾਣ ਵਾਲੇ ਤੇ ਨਾ ਜਾਣ ਵਾਲੇ ਹੈ। ਜਿਹੜੇ ਜਾਣ ਵਾਲੇ ਉਹਨਾਂ ਨੇ ਲੱਤਾਂ ਨਾ ਖਿੱਚਿਓ, ਜਿਨ੍ਹਾਂ ਨੇ ਜਾਣਾ ਜਾਣਗੇ। ਹਾਂ ਇੰਨਾ ਹੋਰ ਦੱਸ ਦਿੰਦੇ, ਇੱਥੇ ਤਮਾਸ਼ਗਰੀ ਬਣਾਇਓ ਕਾਰਨ ਇੱਥੇ ਹੁਲੜ ਹੁਲੜ ਕਰਕੇ ਅਸੀਂ ਚਾਲੀ ਜਣੇ ਬਾਹਰ ਹੋ ਗਏ, ਤੁਸੀਂ ਦਸ ਜਣੇ ਪਿੱਛੇ ਹੋਏ, ਉਹ ਬੰਦੇ ਇੱਥੇ ਨਾ ਆਉਣ। ਉਹਨਾਂ ਨੂੰ ਰੋਸਾ ਕੋਈ ਨਹੀਂ, ਸਾਡੀਆਂ ਟਰਾਲੀਆਂ 'ਚ ਰਹਿਣਾ। ਆਹ ਜਿਹੜੇ ਟਰਾਲੀਆਂ ਲਿਆ ਉਹਨਾਂ ਨਾਲ ਪਹਿਲਾਂ ਸਹਿਮਤੀ ਬਣਾ ਲਓ ਵੀ ਜੇ ਅਸੀਂ ਉੱਥੇ ਜਾਂਦੇ ਹਾਂ ਕੀ ਤੁਸੀਂ ਪਿੱਛੇ ਟਰਾਲੀਆਂ ਲੈ ਕੇ ਉੱਥੇ ਨਾਲ ਕਾਬਜ਼ ਹੋਵੋਗੇ ਕਿ ਨਹੀਂ ਹੁੰਦੇ। ਫਿਰ ਉਹੀ ਜੀ ਪਲੇਨ ਗਾ ਕਾਬਜ਼ ਹੋਣਾ। ਇਹ ਗੱਲ ਕਲੀਅਰ ਅੱਜ ਦੀ, ਭਾਵੇਂ ਦੀ ਦੋ ਦਾ ਟਾਈਮ ਲਾ ਲਓ, ਭਾਵੇਂ ਸ਼ਾਮ ਦਾ ਲਾ ਲਓ, ਕੋਈ ਦਿੱਕਤ ਨਹੀਂ, ਟਾਈਮ ਦੀ ਕੋਈ ਦਿੱਕਤ ਨਹੀਂ। ਪਰ ਉਹ ਤੋਂ ਪਹਿਲਾਂ ਬਾਈ ਜਣ ਕੇ ਇਕੱਠੇ ਹੋ ਕੇ ਨਾ ਇੱਕ ਦੂਜੇ ਤੇ ਥੋਪਿਆ ਨਾ ਕਰੋ, ਪਲੈਨ ਕੇ ਬਣਾ ਲਓ, ਇਕੱਠੇ ਹੋ ਜਾਓ ਤੇ ਪਾਣੀ ਦਾ ਇੰਤਜ਼ਾਮ ਬਾਈ। ਸਭ ਤੋਂ ਪਹਿਲਾਂ ਸਾਰੇ ਜਣੇ ਇਕੱਠੇ ਹੋ ਜਾਓ, ਠੀਕ ਆ, ਇਕੱਠੇ ਹੋ ਕੇ ਪੂਰੀ ਪਲੈਨਿੰਗ ਬਣਾ ਕੇ ਆਏ ਨਹੀਂ ਆਪਾਂ, ਸਿੱਧਾ ਹੀ ਇੱਧਰੋਂ ਵੱਜ ਜਾਣਾ ਬਾਈ, ਤੁਸੀਂ ਨਾ ਤੇ ਇੱਧਰ ਦੀ ਅਤੇ ਇੱਧਰ ਦੀ ਪਾਣੀ ਦਾ ਇੰਤਜ਼ਾਮ ਕਰੋ। ਇਹਦੇ ਕੋਲੇ ਆ ਬਾਈ ਪਾਣੀ ਵਾਲੀਆਂ ਟੈਂਕੀਆਂ, ਸਾਰਾ ਇੱਥੇ ਦਿਹਾੜੀ ਪੈ ਜੇ ਪਰ ਕਾਲ ਨਾ ਕਰੋ, ਪਾਣੀ ਦਾ ਇੰਤਜ਼ਾਮ ਕਰੋ, ਤਵਾਜ ਨਾ ਦੇ ਲੱਗ ਜੇ ਪਰ ਕਾਲ ਨਾ ਕਰੋ, ਪਲਾਂਟ ਦੇ ਸਿਰ ਤੇ ਚੱਲੋ, ਸਪਰੇ ਵਾਲੇ ਪੰਪ ਲੈ ਕੇ ਆਓ, ਜੇ ਉਹ ਆਪਣੇ ਦੇ ਮਾਰਦੇ ਆਪਾਂ ਵੀ ਬਾਈ ਪਾਣੀ ਨਾਲ ਉਹਨਾਂ ਦੇ ਪੰਪ ਬੁਝਾ ਸਕਦੇ ਆ, ਠੀਕ ਆ। ਤੇ ਬਾਈ ਅੱਜ ਪਟਨੇ ਹੀ ਪਟਨੇ ਆ, ਕਿਉਂਕਿ ਪਹਿਲਾਂ ਕਹਿੰਦੇ ਸੀ 13 ਨੂੰ, 13 ਤੋਂ ਬਾਅਦ ਕਹਿੰਦੇ 18 ਨੂੰ, 18 ਤੋਂ ਬਾਅਦ ਹੁਣ 21 ਨੂੰ ਕਹਿੰਦੇ ਆ, 21 ਨੂੰ ਫੇਰ ਮੀਟਿੰਗ ਹੋਣੀ ਆ, ਫਿਰ 25 ਨੂੰ ਕਹਿਣਗੇ ਬਾਈ ਚੋਣ ਜਾਬਤਾ ਲੱਗ ਜੂਗਾ, ਸਾਰਿਆਂ ਦੇ ਟਾਂਗਾ ਪੈਣਗੀਆਂ ਮੁੜ ਕੇ ਫੇਰ ਨਾ ਗਿਓ। ਅੱਜ ਬਾਈ ਸਾਰਿਆਂ ਨੂੰ ਖੜਨਾ ਪੈਣਾ ਤੇ ਸਾਰੇ ਭਰਾ ਜ਼ਰੂਰ ਇਕੱਠੇ ਹੋ ਕੇ ਖੜੋ। ਅੱਜ ਬੈਰੀਗੇਡ ਕਿੰਨੇ ਗਾ ਇਹ ਆਪਣੇ ਮੂਹਰੇ ਬਾਈ, ਹੈ ਨੀ ਇਹ ਇਕੱਠ, ਇਹ ਕਿੰਨੇ ਹੋਣਗੇ, 200 ਹੋਣਗੇ, 400 ਹੋਣਗੇ, 1000 ਹੋਣਗੇ, ਇੱਧਰ ਬਾਈ ਲੱਖਾਂ 'ਚ ਖੜੇ ਆ। ਜੇ ਨਾਲ ਖੜੋਗੇ ਭਰਾਵੇ ਫੇਰ ਹੀ ਤੁਰਿਆ ਜਾਣਾ, ਨਹੀਂ ਤੁਰਿਆ ਜਾਣਾ ਬਾਈ, ਤੇ ਮੇਰਾ ਭਰਾ ਜ਼ਰੂਰ ਖੜੋ ਸਾਰੇ ਜਾਣੇ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਚੱਕਰ ਪਤਾ ਕੀ ਹੈ, ਜਿੰਨਾ ਚਿਰ ਆਪਾਂ ਇਕੱਠੇ ਨਹੀਂ ਉਹਨਾਂ ਚਿਰ ਕੋਸ਼ਿਸ਼ ਹੁੰਦੀ ਨਹੀਂ। ਜਿਹੜੀ ਬੈਰੀਕੇਡ ਗੀ ਦੀ ਗੱਲ ਕਰਦੇ ਹੋ, ਇਹ ਭੁਲੇਖਾ ਹੀ ਆ ਵੀ ਇਹਨਾਂ ਨੇ ਬਾਰਡਰ ਬੁਰਡਰ ਬਣਾ ਲਿਆ, 5 ਮਿੰਟਾਂ 'ਚ ਜਾਊਗਾ। ਜੁਰਤਾ ਸਾਰਿਆਂ 'ਚ, ਜਾਣ ਵਾਲੇ ਸਾਰੇ ਆ ਪਰ ਪਲੈਨਿੰਗ ਕਰਨ ਵਾਲੇ ਇੱਥੇ ਪਿੱਛੇ ਬੰਦਾ ਕੋਈ ਨਹੀਂ। ਇੱਕ ਬੰਦੇ ਨੂੰ ਲੀਡ ਕਰ ਲਿਓ, ਨਾ ਮੈਂ ਆਪਾਂ ਇਹਨੂੰ ਬਾਈ ਨੂੰ ਆਖਾਂ, ਨਾ ਮੈਂ ਆਪਦਾ ਆਖਾਂ, ਜਿਹੜਾ ਮਰਜ਼ੀ ਉੱਠ ਕੇ ਆ ਜਾਓ ਉਹਦੇ ਪਿੱਛੇ ਲੱਗ ਕੇ ਚੱਲਾਂਗੇ ਬਾਈ। ਉਹ ਤੋਂ ਪਹਿਲਾਂ ਤਿਆਰੀ, ਉਹਨਾਂ ਨੇ 2 ਵਜੇ ਦਾ ਟਾਈਮ ਦਿੱਤਾ, ਉਹਨਾਂ ਦਾ ਸਤਿਕਾਰ ਹੈ। ਜਿਹੜੇ ਟਰੈਕਟਰ ਟਰਾਲੀਆਂ ਲੈ ਕੇ ਆਏ ਆ, ਅਸੀਂ ਪਹਿਲਾਂ ਉਹਨਾਂ ਨੂੰ ਠੀਕ ਆ ਗਏ, ਜਿਹੜੇ ਬੰਦੇ ਟਰੈਕਟਰ ਟਰਾਲੀਆਂ ਹੁਣ ਵੀ ਅਸੀਂ ਸਾਡੇ ਬੋਲਦੇ ਇੱਥੇ ਲਾ ਲੈਣਗੇ, ਸਤਿਕਾਰ ਆ ਉਹਨਾਂ ਦਾ, ਬੈਕ ਕਰਕੇ ਟਰਾਲੀਆਂ ਲਾ ਲਓ। ਉਹਦੇ 2 ਫਾਇਦੇ ਆ, ਭਾਵੇਂ ਦੀ ਅੱਜ ਪੱਟ ਲਗੇ, ਭਾਵੇਂ ਦੀ ਸਵੇਰੇ ਪੱਟ ਲਗੇ, ਨਾਲੇ ਇੱਥੇ ਨੰਗਾ ਬੰਦ ਹੁੰਦਾ ਹੈ। ਜਿਹੜੀ ਗੱਲ ਬਾਰਡਰ ਦੀ ਹੈ, ਨਾ ਟੱਪੇ ਬਣਾ ਅੱਜ ਸਰਨਾ, ਨਾ ਟੱਪੇ ਬਣਾ ਕੱਲ੍ਹ ਸਰਨਾ, ਸਿੱਧੇ ਹੋ ਕੇ ਮੱਥੇ ਲੱਗੋ, ਤੇ ਜੇ ਐਵੇਂ ਉਹ ਫਲਾਨੇ ਦੇ ਨਾਲ ਵੱਜ ਜੇ, ਧਿਉਂਕੇ ਦੇ ਨਾਲ ਵੱਜ ਜੇ, ਇਹ ਵੱਜਣਗਾ ਹੀ। ਜਿਹੜਾ ਖਾਣਾ ਹੈ ਤਾਂ ਸਿੱਧੇ ਹੋ ਜਾਓ, ਤੇ ਜੇ ਤੁਹਾਨੂੰ ਐਂ ਲੱਗਦਾ ਵੀ ਕੱਲਾ ਆਪਾਂ ਇੱਥੇ ਮੇਲਾ ਦੇਖਣਾ, ਫਿਰ ਕੋਈ ਫਾਇਦਾ ਨਹੀਂ। ਪਰ ਜਿੰਨਾ ਚਿਰ ਤੁਹਾਡੀ ਸਹਿਮਤੀ ਨੀ, ਮੈਂ ਹੁਣ ਵੀ ਆਣਾ, ਜਿੰਨਾ ਚਿਰ ਤੁਹਾਡੀ ਸਹਿਮਤੀ ਨੀ ਬਜ਼ੁਰਗਾਂ ਦੀ, ਜਾਂ ਇੱਥੇ ਕੋਈ ਲੜਨੇ, ਉਹਨਾਂ ਚਿਰ ਅਸੀਂ ਤੁਰਦੇ ਵੀ ਨੀ। 2 ਵਜੇ ਦਾ ਉਹਨਾਂ ਨੇ ਟਾਈਮ ਦਿੱਤਾ, 2 ਵਜੇ ਦਾ ਤੀਕ ਅਸੀਂ ਵੇਟ ਪੂਰੀ ਕਰਾਂਗੇ। ਬਾਈ ਤੁਸੀਂ ਕੀ ਚਾਹੁੰਦੇ ਆ, ਜੇ ਹੱਥ ਖੜਾ ਕਰਕੇ ਦੱਸ ਦੋ ਸਹਿਮਤੀ, ਅਸੀਂ ਪਿੱਛੇ ਮੁੜ ਜਾਂਦੇ, ਸਾਨੂੰ ਵੀ ਕੋਈ ਉਹ ਨਹੀਂ, ਅਸੀਂ ਪੱਟ ਲਾਂਗੇ। ਕੋਈ ਐਂ ਤਾਂ ਹੈ ਨਹੀਂ ਵੀ ਅਸੀਂ ਉੱਥੇ ਉੱਠ ਕੇ ਆ ਗਏ, ਜਾਂ ਅੰਦਰ ਪ੍ਰਸ਼ਾਦ ਵੰਡੀ ਦਾ ਹੋਵੇ, ਅਸੀਂ ਤਾਂ ਆਣੇ ਆ। ਉਹ ਤਾਂ ਉਹੀ ਜਾਊਗਾ ਚੱਲਦੇ ਵਿੱਚ ਜਿਹਨੂੰ ਪਤਾ ਵੀ ਯਾਰ ਜਾਣਾ ਜ਼ਰੂਰੀ ਹੈ। ਪਹਿਲਾਂ ਟਰਾਲੀਆਂ ਬੈਕ ਲਾਓ, ਟਰਾਲੀਆਂ ਵਾਲਿਆਂ ਵੀਰਾਂ ਨੂੰ ਬੇਨਤੀ ਹੈ, ਜਿਨ੍ਹਾਂ ਨੇ ਟਰੈਕਟਰ ਟਰਾਲੀਆਂ ਕੱਢ ਕੇ ਰੱਖਣਾ ਹੈ, ਉਹ ਇੱਥੋਂ ਤੱਕ ਟਰਾਲੀਆਂ ਦਾ ਦੋਵੇਂ ਪਾਸੇ ਇੰਤਜ਼ਾਮ ਕਰ ਲਓ, ਇੱਥੋਂ ਹੀ ਸਾਨੂੰ ਪਤਾ ਲੱਗ ਜੂ ਤੁਸੀਂ ਸਾਡੇ ਖੜੇ ਹੋ ਫਿਰ ਕਿ ਨਹੀਂ ਖੜੇ। ਉਹ ਤੋਂ ਬਾਅਦ ਟਰੈਕਟਰ ਲੈ ਕੇ ਕੀ ਕਰਾਂਗੇ, ਪਹਿਲਾਂ ਆਪਣੇ ਟਰੈਕਟਰ ਟਰਾਲੀਆਂ ਗਾਹ ਕਰੋ, ਇਹਦੇ ਨਾਲ ਦੋ ਫਾਇਦੇ ਮੈਂ ਤੁਹਾਨੂੰ ਦੱਸਦਾ ਬਾਈ। ਹੈਲੋ, ਹੁਣ ਤੁਸੀਂ ਸਾਰੇ ਟਰਾਲੀਆਂ 'ਚ ਜਿੰਨੇ ਬਾਈ ਬੈਠੇ ਆ, ਆਪਣੇ ਤੋਂ ਵੱਡੇ ਵੀ ਬੈਠੇ, ਆਪਣੇ ਤੋਂ ਛੋਟੇ ਵੀ ਬੈਠੇ ਆ, ਜਦੋਂ ਤੱਕ ਇੱਥੇ ਟਰਾਲੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਕੋਈ ਫਾਇਦਾ ਨਹੀਂ। ਜਦੋਂ ਜਿੰਨਾ ਪੁਸ਼ ਕਰਕੇ ਅਸੀਂ ਜਾਂਦੇ ਹਾਂ, 4 ਟਰੈਕਟਰ ਜਾਵੜੇ 5 ਜਾਵੜੇ, ਸਾਡਾ ਜਾਣਾ ਫਰਜ਼ ਹੈ, ਅਸੀਂ ਤਾਂ ਜਾਵਾਂਗੇ, ਪਰ ਤੁਹਾਡਾ ਵੀ ਰੋਕਣਾ ਫਰਜ਼ ਆ। ਤੁਸੀਂ ਜਦੋਂ ਇੱਥੇ ਟਰੈਕਟਰ ਲਾ ਲਏ, ਅਸੀਂ ਇੱਥੇ ਰੋਕ ਜਾਵਾਂਗੇ। ਉਹ ਤੋਂ ਬਾਅਦ ਤਾਂ ਫਿਰ ਉਹੀ ਲਕੀਰ ਟੱਪਣਗੇ ਜਿਨ੍ਹਾਂ ਨੇ ਲਕੀਰ ਦੇ ਫਕੀਰ ਹੋਏ ਵੀ ਹਾਂ ਯਾਰ ਖਿੱਚਤੀ ਤਾਂ ਜਾਣਾ, ਤੁਹਾਨੂੰ ਡੀਕੀ ਜਾਂਦੇ ਆ, ਕੋਈ ਚੱਕਰ ਨਹੀਂ। ਜੇ ਤੁਹਾਨੂੰ ਲੱਗਦਾ ਯਾਰ ਇਹ ਭੜਕਾਉਂਦੇ ਐਂ ਕਰਦੇ ਆ, ਆਪਣੀ ਗੱਡੀ ਤਿਆਰ ਆ, ਪੱਤੇ ਉੱਪਰ ਕਰਕੇ ਘਰ ਨੂੰ, ਨਾ ਕਿਸੇ ਨੂੰ ਲੜਾ ਕੇ ਰਾਜੀ, ਨਾ ਕੁਛ, ਤੁਹਾਡੀ ਸਹਿਮਤੀ ਨਾਲ ਟਾਈਮ ਦੀ ਨਾ ਗੱਲ ਕਰੋ, ਭਾਵਾਂ ਦੀ 2 ਵੱਜ ਜਾਣਾ, ਭਾਵਾਂ ਦੀ ਰਾਤ ਨੂੰ 12 ਵੱਜ ਜਾਣਾ, ਲੋਕਾਂ ਨੂੰ ਸਮਝਾਉਣ ਦਾ ਟਾਈਮ ਲੱਗਦਾ। ਲੋਕਾਂ ਨੂੰ ਦੇਖੋ, ਲੋਕਾਂ 'ਚ ਜਿੱਤ ਹੈ,
ना कल्या हो सकता जो हम आप बोलते हैं कोई आप बड़े बुलारे जा सियाने नहीं हो सकता आप गलत हो गई वो सानू आके समझा भी काका इतने तुम गलत हो इतने पॉइंट आउट करो आ चीज आप करा असं आने भी जमा जिम्मे आखोगे उमे चल बिलकुल नाल सहमत है जिम्मे आखे उमे तुरा जो उन्होंने मन बनिया उदो तुरा ना अस अज भड़काऊ चल गए ना अस कल असी चलना तरीके असी चलना थोड़ी सहमति जे तो सहमति दे लीडर की होंगे बेनती करता है एक लीडर से एक कमान तीर लहर अगे ले जा सकते जे लीडर कमान की तरह खिच हैगी ना वो पकड़ करता है चीज न बेनती है जिन्हें भी पिंडा के प्रधान है मैं उन्होंने भी बेनती करता है आपदे आपके बंद रय करो अभी जमा थोड़े धक्का नहीं करते आपके बंद रय करो भी थोड़ू किमें लगता यार उसे ट्रालियां लग गए लाइनिया चाहिए कि नेड़े तैयारी फिर गए कोई काली नहीं ना अचाने भी हमने तरफो ना बारह ना दो पवन चार बजे तो पौधी रात बारह बजे तो रात बारह बजे हामी भर दया करो यार जदों आए हो लानी आए हैं हामी का भरया करो यार बोली जाता यार ਬਈ ਅੱਜ ਹੈਗੀ 19 ਤਰੀਕ ਤੇ ਅੱਜ ਦੀ ਦੇਰ ਚ ਆ ਸਾਰੇ ਬਣਨੇ ਆ ਬਈ ਜੋ ਮਰਜੀ ਹੋ ਜੇ ਮੇਰਾ ਵੀਰੋ ਮਾੜਾ ਜਿਹਾ ਧਿਆਨ ਨਾਲ ਸੁਣ ਲਓ ਜਿਨ੍ਹਾਂ ਨੂੰ ਕੋਈ ਡਰ ਆ ਇੱਥੇ ਆਉਣ ਦੀ ਲੋੜ ਨਹੀਂ ਉਹ ਪਿੱਛੇ ਜਾਓ ਜਿਹੜੇ ਲਾਈਨ ਟੱਪਣਗੇ ਉਹ ਜਾਓ ਜੇ ਉਹਨਾਂ ਦਾ ਮੰਗ ਵੀ ਅਸੀਂ ਆਪਦੇ ਬੰਦੇ ਨਾ ਮੰਗੀ ਬਈ ਇੱਕ ਗੱਲ ਸੁਣ ਲੋ ਜਿਨ੍ਹਾਂ ਕੋਲੇ 4x4 ਟਰੈਕਟਰ ਜਿਨ੍ਹਾਂ ਨੇ ਭਰਾਵਾਂ ਨੇ ਲਿਆਂਦੇ ਆ ਕਾਹਦੇ ਹੱਥੇ ਲਿਆਂਦੇ ਬਈ ਇੱਥੇ ਆ ਬਈ ਚਾਰ ਦਿਨ ਹੋ ਗਏ ਮੈਂ ਰੋਜ਼ ਆਉਣਾ ਟਰੈਕਟਰ ਲੈ ਕੇ ਮੈਨੂੰ ਤਾਂ ਅੱਗ ਲੱਗੀ ਪਈ ਹੈ ਕਿ ਪਟਨੇ ਆ ਆਪਣੀ ਜ਼ਮੀਨ ਦਾ ਬਈ ਯਾਰ ਜ਼ਮੀਨ ਹੀ ਮਾਰੀ ਇਹਨੇ ਤੁਸੀਂ ਯਾਰ ਆ ਚਾਰ ਆ ਨਹੀਂ ਪੱਟ ਸਕਦੇ ਯਾਰ जमा नहीं तुरता है बैठना है ਉਹ ਵੀ ਮਾੜਾ ਮੋਟਾ ਜੀਵ ਨੂੰ ਹਲਾਰਾ ਦੇ ਲਿਆ ਕਰੋ ਸੁੱਖੋ ਵੀ ਇਦੂਗਾ ਨਹੀਂ ਜਾਣਾ ਜੇ ਤਾਂ ਪ੍ਰਬੰਧ ਦਾ ਜਿਹੜਾ ਜੇ ਕਹਿੰਦੇ ਰੈਸ ਵਾਲੇ ਤੇ ਖੁਸ਼ ਹੋ ਤੁਸੀਂ ਆਪਾਂ ਥੱਲੇ ਉੱਤੇ ਤੇ ਚੱਲ ਪਾਂਗੇ ਨਾ ਆਪਾਂ ਅੱਜ ਜਾਬਤੇ ਤੇ ਬਿਨਾ ਚੱਲਗੇ ਨਾ ਜਾਬਤੇ ਤੋਂ ਬਿਨਾ ਕੱਲ ਚੱਲਗੇ ਜੇ ਤਾਂ ਪੂਰੇ ਆਪਦੇ ਕੈਮ ਹੋ ਕੇ ਜਾਣਾ ਹੈ ਭਾਵੇਂ ਦੀ ਕੱਲ ਤੱਕ ਦਾ ਸਮਾਂ ਹੈ ਨਾ ਮੈਂ ਲਕੀਰ ਖਿੱਚਾਂ 12 ਵਜੇ ਦਾ ਕਮਾਂ ਨਾ ਮੈਂ 2 ਵਜੇ ਦਾ ਕਮਾਂ ਮੈਂ ਜਿੰਨਾ ਚਿਰ ਪੂਰਾ ਸਮਾਨ ਜਾਬਤਾ ਤੈ ਨਹੀਂ ਹੁੰਦਾ ਉਹਨਾਂ ਚਿਰ ਤੁਰਦੇ ਨਹੀਂ ਤੇ ਜਦੋਂ ਤੁਰਪੇ ਉਦੋਂ ਪਿੱਛੇ ਨਹੀਂ ਹਟਦੇ ਪਾਉਂਦੀ ਇੱਧਰ ਲਾ ਪਾਸਾ ਇੱਧਰ ਹੋ ਜੀ ਸਰ ਪਹਿਲਾਂ ਜਾਬਤਾ ਇੱਕ ਤਾਂ ਜਿੰਨੇ ਨੇ ਬੁੱਕ ਲਾਉਣਾ ਜਿੰਨੇ ਨੂੰ ਕੋਈ ਚੱਕਰ ਨਹੀਂ ਲਾ ਲਓ ਐਡੂ ਗਾਹ ਨਾ ਹੋਵੋ ਇੱਕ ਬਾਈ ਬਣ ਕੇ ਸ਼ਾਮ ਦੇ ਟਾਈਮ ਨਾ ਮੈਂ ਇੱਥੇ ਬਜ਼ੁਰਗ ਵੀ ਦੇਖੇ ਆ ਧੀਆਂ ਭੈਣਾਂ ਦੀਆਂ ਗਲਾਂ ਕੱਢਦੇ ਕੋਈ ਤੁਕ ਨਹੀਂ ਬਣਦੀ ਨਾ ਆਪਣਾ ਇਹ ਚੀਜ਼ ਆਗਿਆ ਦਿੰਦੀ ਹੈ ਆਪਣਾ ਨਾ ਕੌਮ ਆਗਿਆ ਦਿੰਦੀ ਹੈ ਨਾ ਜ਼ਮੀਰ ਆਗਿਆ ਦਿੰਦੀ ਹੈ ਬੰਦਿਆਂ ਨੂੰ ਆਇਆ ਕਰੋ ਆਪਦਾ ਡਿੱਕ ਲਾਓ ਛੌਂਕ ਨਾਲ ਚਚਾ ਕੇ ਉਹਨਾਂ ਨੂੰ ਗਾਣੇ ਸੁਣਾਓ ਕੋਈ ਡਿੱਕਾ ਨਹੀਂ ਠੀਕ ਹੈ ਚੱਚ ਕੇ ਲਾਓ ਆਏ ਆ ਤੁਸੀਂ ਇੱਥੇ ਆ ਕੇ ਬੰਦਾ ਰੋਣਾ ਉਹਨਾਂ ਦੇ ਆਪਾਂ ਪਰਾਉਣੇ ਜਦੋਂ ਇੱਥੇ ਇੱਕ ਗਾਂ ਟਰੈਕਟਰ ਕਰਨਾ ਉਦੋਂ ਕਰਨਾ ਜਦੋਂ ਉਹਨਾਂ ਨੂੰ ਪਤਾ ਲੱਗ ਜੇ ਹਾਂ ਕਰਨਾ ਜਿੱਥੇ ਉਹ ਟਰੈਕਟਰ ਖੜਾ ਤੁਸੀਂ ਉੱਥੇ ਇੱਥੇ ਰੋਣਾ ਬਾਈ ਇੱਥੇ ਲਾ ਦੇ ਟਰੈਕਟਰ ਇਹਨਾਂ ਨੂੰ ਫੜੂ ਸੁਪਰੇ ਸੀ ਨਾ ਦੋ ਜਾਣ ਵੇ ਉਹਨਾਂ ਉੱਤੇ ਚੜਾ ਦੇ ਗਏ ਜੀ ਮੈਕਬਾ ਲਗਾ ਕੇ ਸੁਣੋਗੇ ਦੇਖੋ ਰੌਲਾ ਇਹ ਵੀ ਜਿੰਨਾ ਜਰਾ ਤੁਹਾਨੂੰ ਵੀ ਪਤਾ ਹੈ ਤੁਸੀਂ ਬਹੁਤ ਸਿਆਣੇ ਹੋ ਪੂਰੇ ਦਿਮਾਗ ਨਾਲ ਲਾਏ ਹੋਏ ਉਹ ਡੰਡੇ ਨਾਲ ਨਹੀਂ ਪੱਟੀ ਦੀ ਬਿਲਕੁਲ ਸਮਝ ਗਿਆ ਕਿਸੇ ਦੀ ਪੁੱਤ ਦਾ ਨੁਕਸਾਨ ਨਾ ਹੋ ਜਾਏ ਕਸ਼ਮੀਆਂ ਗੱਲ ਹੈ ਗੱਲ ਕੀਤੀ ਹੈ ਕਿ ਮੈਂ ਕਹਿ
पहला करके भी जो आप आख गए डंडे पतलेंगे जा पक गए पतलेंगे नहीं पट्टी का उही मैं समझाया भी पहला इतने अठ दस ट्रालिया पैक करके लगना हूं ट्रालिया वाले बंदे हूं नुकसान का कोई चक्कर नहीं झल लेंगे पर थोड़े नुकसान च आप उसे कामयाब हो जाए कामयाब हो जाए नुकसान का कोई डर नहीं कैम होगी ट्रे ट्रालिया इतने पैक रहे कले ट्रैक्टर का पांच मिनट नहीं लाने उन्होंने भाई ट्राली पा लिया ट्राली बैक करके लाला ये नहीं गल बनी ट्राली पैक करके लाला ट्रालिया जाओ उन्होंने भावे दिया उ तीन दिन खड़ा रहना जे पहली झट है कोई ये नहीं पहली झट जे पहली दिमाग ना कम चलाओ गलत कम कोई ना करो भरा बन के हाथ बन के बेनती है असि जिम्मे लोगों के जीप तो लैके आए मोड़ने भी आ कोई अपना एक मिनट कोई अपना लीडर नहीं गया सरकार अपने गलबात कर रही है वो आप टेबल टॉक करनी पैनी है पर परसों लास्ट का गलबात हो सरकार की गल नहीं सुनो तो बई बन के कोई किसी का नुकसान ना करा भरा बन के अपने हाथ बन के बेनती करते गाला कड़ो पाती मैं ना पर मैं कहना भी कम ना नोट कर लो पूरा जाबता कर लो टाइम हो गए उदू बाद जिन्ना चिर सारे बंदे हामी भर के यह नहीं हों एक पास सारे नहीं खड़े होंगे हामी का मतलब होंगे जिन्ने नौजवान है उन्होंने एक घटो घट गल तो जानते भी चाहते की है कोई असि थोड़े दुश्मन नहीं जे असि मूहे जावे तो सू खिला नहीं मिलनिया देने उन्होंने थोड़े छरले ही मारने हैं पकने ही मारने उन्होंने वह सू प्रभाव कोई नहीं पर छोटे नाल जिन्ना चर तुम कहो उन्ना चर चल जाबते तो बिना कोई गल नहीं आ साडे बजुर्ग है बापू आउंदे आ पिछे इन्हां नूं ढालो इन्हां नाल रै कर लो भी भाई ऐ ट्रालियां लाउण गए ऐ बैक जाणा जे उन्हां नूं चंगी लगदी आ ठीक है नहीं चंगी लगदी जे उन्हां दी कोई ओह गल करदे भी आह चीज़ हो सकदा उह अपने तों सियाणे आ होर चंगी गल कर देणा भी ऐ जाणा जरूर है भन्नणे बैरीकेट है जे उहनां नूं नहीं भन्नणे फिर असीं सहमत नहीं जाना जरूर है बैरीकेट भन्नणे हां भन्नण दा तरीका तुसीं दस्सो सारे जिन्हें बंदे मैं कन्ना इतने मैक तो बोले तुम सारे जाके आप अपने बंदे ना रै करो इतो दो बजे तीन बजे रै करके आओ कट पाउंदी टोटा रही तो पाउंदी चार गुणा हो जाए आयो उही जिहड़े सहमत हो उदो वेखांगे भी की बनदा जिहड़े संद संदाड़े हो जे कल कोई आंदा असीं तां ट्रालियां नहीं दिंदे जमा नहीं गांह तुरदे अज भी आने तो हुण भी आना जे तुहानूं ट्रालियां पैणियां सानूं जान भी प्यारी है तां मारांगे जे तुसीं खड़े हो।